ਸਤਿ ਸ਼੍ਰੀ ਅਕਾਲ ਵੀ ਆਪਾਂ ਚੱਲੇ ਹਾਂ ਚਸ਼ਮਿਸ ਗਾਰਡਨ ਅਤੇ ਉਹਦਾ ਵਿਊ ਵੀ ਦਿਖਾਵਾਂਗੇ ਥੋੜ੍ਹਾ ਜਿਹਾ ਅਤੇ ਉਸ ਤੋਂ ਬਾਅਦ ਆਪਾਂ ਚੱਲਾਂਗੇ ਮੁਗਲ ਗਾਰਡਨ ਅਤੇ ਇਹ ਸ਼੍ਰੀਨਗਰ 'ਚ ਹੀ ਡੱਲ ਲੇਕ ਦੇ ਥੋੜ੍ਹੀ ਦੂਰੀ 'ਤੇ ਰਹਿ ਜਾਂਦੇ ਆ ਅਤੇ ਬਾਕੀ ਰਸਤੇ 'ਚ ਚੈੱਕ ਪੋਸਟ ਵਗੈਰਾ ਵੀ ਹੁੰਦੀ ਹੈ ਅਤੇ ਉੱਥੇ ਆਪਣਾ ਬੈਗ ਵਗੈਰਾ ਚੈੱਕ ਕਰਦੇ ਆ ਮਸ਼ੀਨ 'ਤੇ ਅਤੇ ਉਹ ਤੋਂ ਬਿਨਾਂ ਉਹ ਐਂਟਰੀ ਨਹੀਂ ਹੋਣ ਦਿੰਦੇ ਬਾਕੀ ਅੱਗੇ ਆਪਾਂ ਦਿਖਾਉਂਦੇ ਹਾਂ ਤੁਹਾਨੂੰ ਪਹਿਲਾਂ ਆਪਾਂ ਚਸ਼ਮਿਸ ਗਾਰਡਨ ਉਸ ਤੋਂ ਬਾਅਦ ਆਪਾਂ ਮੁਗਲ ਗਾਰਡਨ ਚੱਲਾਂਗੇ ਆ ਜਾਓ ਬਈ ਸ਼੍ਰੀਨਗਰ ਦੇ ਵਿੱਚ ਹੀ ਰਹਿਣ ਨਾਲ ਥੋੜ੍ਹੀ ਦੂਰੀ 'ਤੇ ਇਹ ਆ ਬਈ ਚਸ਼ਮਿਸ ਗਾਰਡਨ ਉਹ ਸੋਹਣਾ ਵੀ ਉਹ ਸਭ ਤੋਂ ਵੱਡਾ ਗਾਰਡਨ ਕਿਹਾ ਜਾਂਦਾ ਇਹਨੂੰ ਅਤੇ ਬਾਕੀ ਅੱਗੇ ਆਪਾਂ ਤੁਹਾਨੂੰ ਮੁਗਲ ਗਾਰਡਨ ਦਿਖਾਉਂਦੇ ਹਾਂ ਇਹ ਆ ਮੁਗਲ ਗਾਰਡਨ ਦਾ ਬਾਹਰਲਾ ਵਿਊ ਸਾਈਡ 'ਤੇ ਕਾਊਂਟਰ ਬਣਿਆ ਹੋਇਆ ਉੱਥੇ ਪਰਚੀ ਵਗੈਰਾ ਲੈ ਕੇ ਅੰਦਰ ਐਂਟਰ ਹੋਣ ਦਿੰਦੇ ਆ ਬਾਕੀ ਪੌੜੀਆਂ ਚੜ੍ਹ ਕੇ ਉੱਪਰ ਜਾਵਾਂਗੇ ਆਪਾਂ ਅਤੇ ਕਾਫ਼ੀ ਉੱਚਾਈ 'ਤੇ ਬਣਿਆ ਹੋਇਆ ਬਾਕੀ ਆਪਾਂ ਇਹਦੀ ਹਿਸਟਰੀ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਬਾਕੀ ਅੰਦਰੋਂ ਤੁਹਾਨੂੰ ਵਿਊ ਵਗੈਰਾ ਦਿਖਾਉਂਦੇ ਹਾਂ ਡੱਲ ਲੇਕ ਤੋਂ ਕੁਝ ਕੁ ਕਿਲੋਮੀਟਰ ਦੀ ਦੂਰੀ 'ਤੇ ਰਹਿ ਜਾਂਦਾ ਇਹ ਪੁਰਾਣੇ ਇਮਾਰਤ ਹੈ ਇੱਕ ਤਰ੍ਹਾਂ ਦੀ ਬਣੀ ਵੀ ਬਹੁਤ ਸੋਹਣਾ ਵਿਊ ਨੇਚਰ ਨਾਲ ਬੜਾ ਪਿਆਰ ਇੱਥੇ ਲੋਕਾਂ ਦਾ ਉਹ ਮੇਨ ਚੀਜ਼ ਇੱਥੇ ਸਭ ਤੋਂ ਵਧੀਆ ਨੇਚਰ ਹਨ ਬਾਕੀ ਇਹਦੀ ਆਪਾਂ ਹਿਸਟਰੀ ਵੀ ਜਾਣਦੇ ਹਾਂ ਦਿਖਾਉਂਦੇ ਹਾਂ ਉੱਪਰ ਜਾ ਕੇ ਹਿਸਟਰੀ 'ਚ ਜੇ ਇਹਦੀ ਗੱਲ ਕਰੀਏ ਤਾਂ ਲੋਕ ਕਹਿੰਦੇ ਆ ਕਿ ਇਹ ਸ਼ਾਹਜਹਾਨ ਨੇ ਆਪਣੇ ਬੇਟੇ ਲਈ ਬਣਾਇਆ ਸੀ ਬੜਾ ਸੋਹਣਾ ਹੈਗਾ ਪੁਰਾਣੀ ਜੀ ਬਿਲਡਿੰਗ ਆ ਸਾਰਾ ਪੁਰਾਣਾ ਇੰਟੀਰੀਅਰ ਆ ਬਾਕੀ ਲੋਕਾਂ ਦੀ ਆਪਣੀ ਆਪਣੀ ਮੰਨਤਾਂ ਨੇ ਲੋਕ ਆਪਣੇ ਇੱਥੋਂ ਜਲ ਵਗੈਰਾ ਪਾਣੀ ਵਗੈਰਾ ਭਰਦੇ ਨੇ ਹੈ ਨਾ ਆਪਣੀ ਆਪਣੀ ਮੰਨਤਾ ਜੀ ਅਤੇ ਬੜਾ ਸੋਹਣਾ ਪਿਆ ਲਿਆਉਂਦਾ ਤਿਉਂ ਪਿਆ ਲੱਕੜ ਦਾ ਬਣਿਆ ਹੋਇਆ ਇੰਟੀਰੀਅਰ ਲੱਗਿਆ ਹੋਇਆ ਸਾਰਾ ਬਹੁਤ ਸੋਹਣਾ ਬਣਿਆ ਪਿਆ ਅਤੇ ਬਾਕੀ ਉਹੀ ਗੱਲ ਕਿ ਜੋ ਚੀਜ਼ ਆ ਕਸ਼ਮੀਰ ਦੇ ਵਿੱਚ ਦੇਖਣ ਵਾਲੀ ਆ ਨੇਚਰ ਆ ਜਿਹੜਾ ਸਕੂਨ ਆ ਕਿਆ ਬਾਤ ਆ ਵੀਡੀਓ ਕਰੋ ਸ਼ੇਅਰ ਬਈ ਅੱਗੇ ਆਪਾਂ ਦਿਖਾਵਾਂਗੇ ਪਰੀ ਮਹਿਲ।